ਦਿਨ ਰਾਤ ਚੱਲ ਰਿਹਾ ਹੈ ਚੱਕਰ ਹਨੇਰ ਦਾ, ਸੂਰਜ ਵੀ ਮੈਨੂੰ ਜਾਪਦਾ ਤਾਰਾ ਉਸ਼ੇਰ ਦਾ, ਰਾਤ ਦੇ ਮੁੱਕਣ 'ਤੇ ਯਾਰੋ ਰਾਤ ਹੀ ਆਉਂਦੀ, ਖਬਰੇ ਕਤਲ ਹੋ ਗਿਆ ਮੇਰੀ ਸਵੇਰ ਦਾ। ਸੋ ਸੁਰਜੀਤ ਖੁਰਸ਼ੀਦੀ ਜੀ ਦੀਆਂ ਇਹਨਾਂ ਸਤਰਾਂ ਨਾਲ ਅੱਜ ਦੇ ਇਸ ਪੋਡਕਾਸਟ ਚੈਨਲ ਦਾ ਜਿਹੜਾ ਇਹ ਪ੍ਰੋਗਰਾਮ ਹੈ ਉਸਦੀ ਸ਼ੁਰੂਆਤ ਕਰਦੇ ਹਾਂ। ਸੋ ਦੋਸਤੋ, ਇਹ ਇਸ ਪੋਡਕਾਸਟ ਦੀ 6ਵੀਂ ਲੜੀ ਹੈ। ਸੋ ਪਹਿਲੀਆਂ ਜਿਹੜੀਆਂ 5 ਲੜੀਆਂ ਸੀ ਉਹਨਾਂ ਨੂੰ ਤੁਸੀਂ ਦੇਖਿਆ, ਆਪਣੀ ਫੀਡਬੈਕ ਦਿੱਤੀ, ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ। ਤਾਂ ਤੁਸੀਂ ਦੁਨੀਆ ਭਰ ਵਿੱਚ ਜਿੱਥੇ ਵੀ ਬੈਠੇ ਹੋ, ਸੋ ਮੇਜਰ ਮੰਗਟ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਦਬ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਸੋ ਦੋਸਤੋ, ਜਿਹੜੀਆਂ ਮੈਂ 17 ਪੇਸ਼ ਕੀਤੀਆਂ ਸਨ, ਸੋ ਇਹ ਮੁੜਕੇ ਦੀ ਮਹਿਕ ਇਸ ਕਿਤਾਬ ਵਿੱਚੋਂ ਸਨ ਜੋ ਸੁਰਜੀਤ ਖੁਰਸ਼ੀਦੀ ਜੀ ਦੀ ਲਿਖੀ ਹੋਈ ਕਿਤਾਬ ਹੈ। ਸੋ ਸੁਰਜੀਤ ਖੁਰਸ਼ੀਦੀ ਜੀ ਕਹਾਣੀਕਾਰ ਸਨ, ਬਹੁਤ ਅੱਛੇ ਸ਼ਾਇਰ ਸਨ, ਆਪਣੇ ਆਪ ਦੇ ਵਿੱਚ ਇੱਕ ਯੂਨੀਵਰਸਿਟੀ ਸਨ। ਭਾਵੇਂ ਯੂਨੀਵਰਸਿਟੀਆਂ ਨੇ ਜਾਂ ਉਹਨਾਂ ਤੋਂ ਬਾਅਦ ਸੰਸਥਾਵਾਂ ਨੇ ਉਹਨਾਂ ਦੇ ਕੰਮ ਦੀ ਇੰਨੀ ਕਦਰ ਨਹੀਂ ਪਾਈ ਜਾਂ ਇੰਨੀ ਗੱਲ ਨਹੀਂ ਕੀਤੀ, ਲੇਕਿਨ ਉਹਨਾਂ ਦਾ ਜਿਹੜਾ ਕੰਮ ਸੀ ਉਹ ਬਹੁਤ ਕਮਾਲ ਦਾ ਕੰਮ ਸੀ। ਅਤੇ ਉਹਨਾਂ ਦੀ ਮੈਂ ਤੁਹਾਨੂੰ ਇੱਕ ਕਿਤਾਬ ਹੋਰ ਦਿਖਾਉਂਦਾ ਹਾਂ। ਸੋ ਇਹ ਕਿਤਾਬ ਹੈ ਜਗਜੀਤ ਕੋਸ਼। ਸੋ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਜਿਹੜੇ ਪੰਜਾਬੀ ਸ਼ਬਦਾਂ ਦਾ ਜਿਹੜਾ ਪਿਛੋਕੜ ਹੈ, ਸੋ ਪੰਜਾਬੀ ਦੇ ਵਿੱਚ ਸ਼ਬਦ ਕਿੱਥੋਂ ਆਏ ਅਤੇ ਉਹਨਾਂ ਦਾ ਪਿਛੋਕੜ ਕਿੱਥੇ ਆਇਆ, ਔਰ ਮੈਂ ਪੜ੍ਹ ਕੇ ਹੈਰਾਨ ਹੋਇਆ ਕਿ ਉਹਨਾਂ ਉਹਨਾਂ ਭਾਸ਼ਾਵਾਂ ਤੋਂ ਪੰਜਾਬੀ ਦੇ ਵਿੱਚ ਸ਼ਬਦ ਆਏ ਨੇ ਅਤੇ ਜਿਨ੍ਹਾਂ ਦਾ ਤੁਸੀਂ ਸੋਚ ਵੀ ਨਹੀਂ ਸਕਦੇ, ਜਿਸ ਤਰ੍ਹਾਂ ਪੁਰਤਗਾਲ ਹੈਗਾ, ਅਰਬੀ ਫਾਰਸੀ ਤੋਂ ਤਾਂ ਚੱਲ ਹੈਗੇ ਹੀ ਨੇ, ਤੋ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਤੋਂ ਜਿਹੜੇ ਸ਼ਬਦ ਨੇ ਉਹ ਸਾਡੀ ਪੰਜਾਬੀ ਦੇ ਵਿੱਚ ਆਏ ਨੇ। ਸੋ ਆਪਾਂ ਅੱਗੇ ਚੱਲ ਕੇ ਇਹਨਾਂ ਦੀਆਂ ਹੋਰ ਵੀ ਕਿਤਾਬਾਂ ਬਾਰੇ ਗੱਲ ਕਰਾਂਗੇ, ਸੋ ਜਿਸ ਦੇ ਵਿੱਚ ਸ਼ਬਦਾਰਥ ਹੈ ਜਾਂ ਸ਼ਬਦ ਲੀਲਾ ਹੈ। ਸੋ ਇਹਨਾਂ ਦੀਆਂ ਕਿਤਾਬਾਂ ਜਿਹੜੀਆਂ ਸਨ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਹੈ ਬਹੁਤ ਕਮਾਲ ਦਾ ਕੰਮ ਕੀਤਾ ਹੈ, ਬਹੁਤ ਖੋਜ ਕੀਤੀ ਹੈ। ਸੋ ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੇ ਨਾਲ ਵੱਖ ਵੱਖ ਵਿਸ਼ਿਆਂ 'ਤੇ ਗੱਲ ਕਰਾਂਗੇ। ਸੋ ਮੌਸਮ ਹੈ ਜਿਹੜਾ ਉਹ ਤਬਦੀਲ ਹੋ ਰਿਹਾ, ਫਰਵਰੀ ਦਾ ਮਹੀਨਾ ਆਪਣੇ ਆਖਰੀ ਪੜਾਅ 'ਤੇ ਹੈ, ਇੱਕ ਅੱਧ ਦਿਨ ਬਾਕੀ ਰਹਿ ਗਿਆ ਹੈ। ਸੋ ਅਸੀਂ ਹੌਲੀ ਹੌਲੀ ਬਸੰਤ ਮੌਸਮ ਵੱਲ ਨੂੰ ਵੱਧ ਰਹੇ ਹਾਂ। ਬਰਫ਼ ਭਾਵੇਂ ਪਿਛਲੇ ਹਫ਼ਤੇ ਤੱਕ ਪੈਂਦੀ ਰਹੀ ਹੈ ਅਤੇ ਉਮੀਦ ਹੈ ਕਿ ਅਜੇ ਵੀ ਹੋਰ ਵੀ ਪਏਗੀ, ਲੇਕਿਨ ਜ਼ਿਆਦਾ ਦੇਰ ਲੰਬਾ ਨਹੀਂ ਚੱਲੇਗਾ ਸਰਦੀ ਦਾ ਮੌਸਮ, ਤਾਂ ਉਸ ਤੋਂ ਬਾਅਦ ਅਸੀਂ ਜਿਹੜਾ ਹੈ ਬਸੰਤ ਵੱਲ ਚਲੇ ਜਾਵਾਂਗੇ ਅਤੇ ਫਿਰ ਜਿਹੜੇ ਹੈਗੇ ਨੇ ਪੱਤੇ ਖਿਲਣਗੇ, ਫਿਰ ਜਿਹੜੇ ਫੁੱਲ ਨੇ ਖਿੜਨਗੇ, ਪੱਤੇ ਬਾਹਰ ਆਉਣਗੇ, ਸੋ ਫਿਰ ਜਿਹੜੀ ਹਰਿਆਲੀ ਹੈ ਸਾਨੂੰ ਦੇਖਣ ਨੂੰ ਮਿਲੇਗੀ। ਸੋ ਇੱਕ ਜਿਹੜਾ ਮਨ ਦੇ ਵਿੱਚ ਖੁਲਾਸ ਪੈਦਾ ਹੋਵੇਗਾ। ਸੋ ਇਹ ਗੱਲ ਮੈਂ ਇਸ ਕਰਕੇ ਵੀ ਕਰ ਰਿਹਾ ਹਾਂ ਕਿ ਇਹ ਜਿਹੜਾ ਕੋਵਿਡ ਦਾ ਪ੍ਰਕੋਪ ਚੱਲ ਰਿਹਾ ਹੈ ਉਹਦੇ ਕਰਕੇ ਅਸੀਂ ਘਰਾਂ ਦੇ ਵਿੱਚ ਬੰਦ ਹਾਂ, ਤੋ ਜਿਸ ਨਾਲ ਸਾਡੀ ਮਾਨਸਿਕ ਸਿਹਤ 'ਤੇ ਵੀ ਬਹੁਤ ਅਸਰ ਪੈ ਰਿਹਾ ਹੈ। ਸੋ ਬਾਹਰ ਨਹੀਂ ਜਾ ਰਹੇ, ਕੋਈ ਟਰੈਵਲ ਨਹੀਂ ਹੋ ਰਿਹਾ, ਤੋ ਅੰਦਰ ਜਦੋਂ ਬੰਦਾ ਬੈਠਾ ਰਹਿੰਦਾ ਹੈ ਸਾਰਾ ਦਿਨ, ਤਾਂ ਉਹਦਾ ਜਿਹੜਾ ਹੈਗਾ ਮਾਨਸਿਕ ਪੱਧਰ, ਉਹਨੂੰ ਜਿਹੜੀ ਸਮੱਸਿਆ ਜਿਹੜੀ ਆਉਂਦੀ ਹੈ, ਅਤੇ ਜਾਂ ਤਾਂ ਤੁਸੀਂ ਆਪਣੇ ਆਪ ਨੂੰ ਬਿਜ਼ੀ ਰੱਖੋ। ਸੋ ਇਹਦੇ ਨਾਲ ਹੀ ਮੈਂ ਤੁਹਾਨੂੰ ਇਹ ਦੱਸਦਾ ਕਿ ਜਿਹੜਾ ਫਰਵਰੀ ਦਾ ਮਹੀਨਾ ਹੈ ਦੋਸਤੋ, ਇਹਦੇ ਵਿੱਚ ਮੈਂ ਅਕਸਰ ਭਾਰਤ ਜਾਂਦਾ ਹਾਂ ਪਿਛਲੇ 10-12 ਸਾਲਾਂ ਤੋਂ। ਸੋ ਇਸ ਮਹੀਨੇ ਦੇ ਵਿੱਚ ਮੈਂ ਉੱਥੇ ਹੁੰਦਾ ਹਾਂ ਅਤੇ ਉੱਥੇ ਵੀ ਕਿਆ ਬਾਤ ਹੈ, ਕਣਕ ਹੈ ਜਿਹੜੀ ਨਿਸਰ ਰਹੀ ਹੁੰਦੀ ਹੈ, ਸਰੋਂ ਆ ਜਿਹੜੀ ਸਰੋਂ ਦੇ ਫੁੱਲ ਖੇਤਾਂ ਵਿੱਚ ਹੁੰਦੇ ਨੇ ਅਤੇ ਕੁਲਾੜੀਆਂ ਚੱਲ ਰਹੀਆਂ ਹੁੰਦੀਆਂ ਨੇ ਅਤੇ ਕਮਾਲ ਦਾ ਮੌਸਮ ਹੁੰਦਾ ਹੈ, ਲੇਕਿਨ ਜਿਹੜੀਆਂ ਟਰੈਵਲ ਦੀਆਂ ਇਹ ਸਮੱਸਿਆਵਾਂ ਨੇ, ਤੋ ਇਸ ਕਰਕੇ ਮੈਂ ਵੀ ਐਤਕੀ ਆਪਣੀ ਜਿਹੜੀ ਵਕੇਸ਼ਨ ਹੈ ਉਸ 'ਤੇ ਭਾਰਤ ਨਹੀਂ ਜਾ ਸਕਿਆ। ਸੋ ਉਹਨਾਂ ਸਾਰੇ ਦੋਸਤਾਂ ਨੂੰ ਮੈਂ ਬਹੁਤ ਯਾਦ ਕਰਦਾ ਹਾਂ ਜਿਨ੍ਹਾਂ ਨੂੰ ਅਕਸਰ ਮਿਲਦੇ ਸੀ, ਉਹ ਸਾਹਿਤਕ ਸਮਾਗਮ, ਉਹ ਯੂਨੀਵਰਸਿਟੀ ਦੀਆਂ ਕਾਨਫਰੰਸਾਂ, ਉਹ ਸਾਰੀਆਂ ਬੜੀਆਂ ਮਿਸ ਕਰਦੇ ਹਾਂ। ਤਾਂ ਇਸ ਵਾਰੀ ਜਿਹੜੀ ਘਰਾਂ 'ਚ ਬੈਠੇ ਹਾਂ, ਜਿਹੜੀਆਂ ਵਰਚੁਅਲ ਮੀਟਿੰਗਸ ਨੇ ਉਹ ਹੋ ਰਹੀਆਂ ਨੇ, ਤੋ ਮੈਂ ਕੋਸ਼ਿਸ਼ ਕਰਦਾ ਹਾਂ ਕਿ ਆਪਣੀਆਂ ਇਹਨਾਂ ਛੁੱਟੀਆਂ ਦੌਰਾਨ ਅਤੇ ਮੈਂ ਸਾਰਿਆਂ ਨਾਲ ਉੱਪਣੇ ਸੰਪਰਕ ਬਣਾਈ ਰੱਖਾਂ, ਤਾਂ ਉਸੇ ਤਰ੍ਹਾਂ ਦਾ ਜਿਹੜਾ ਅਨੁਭਵ ਹੈ ਉਹ ਮੈਂ ਘਰ ਬੈਠ ਕੇ ਲੈ ਸਕਾਂ। ਭਾਵੇਂ ਅਸਲੀਅਤ ਦੇ ਵਿੱਚ ਉਸ ਤਰ੍ਹਾਂ ਨਹੀਂ ਹੋ ਸਕਦਾ, ਲੇਕਿਨ ਫਿਰ ਵੀ ਜਿਹੜੀ ਕੋਸ਼ਿਸ਼ ਹੈ ਉਹ ਜਾਰੀ ਹੈ। ਸੋ ਦੋਸਤੋ, ਜਿਹੜਾ ਕਿਸਾਨ ਮੋਰਚਾ ਹੈ ਉਹ ਪੰਜਾਬ ਦੇ ਵਿੱਚ ਉਸੇ ਤਰ੍ਹਾਂ, ਪੰਜਾਬ ਨਹੀਂ ਮੈਂ ਕਹੂੰਗਾ, ਭਾਰਤ ਦੇ ਬਾਕੀ ਸੂਬਿਆਂ ਵਿੱਚ ਵੀ ਉਸੇ ਤਰ੍ਹਾਂ ਚੱਲ ਰਿਹਾ ਹੈ। ਲੈ ਇਹਦੇ ਵਿੱਚ ਮੈਂ ਇੱਕ ਵਾਰ ਇੱਕ ਗੱਲ ਇਹ ਵੀ ਕਹਿਣੀ ਚਾਹੂੰਗਾ ਕਿ ਇਹਦੇ ਵਿੱਚ ਸਾਨੂੰ ਵਿਖਰਨਾ ਨਹੀਂ ਚਾਹੀਦਾ, ਸਾਨੂੰ ਗਰੁੱਪ ਬਣਾ ਕੇ, ਧੜੇ ਬਣਾ ਕੇ, ਇੱਕ ਦੂਜੇ ਦੀ ਨਿੰਦਿਆ ਚੁਗਲੀ ਕਰਕੇ, ਤੋ ਇਹ ਜਿਹੜਾ ਸੰਘਰਸ਼ ਹੈ ਇਸਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ। ਇਹ ਗੱਲਾਂ ਆਪਾਂ ਬਾਅਦ ਦੇ ਵਿੱਚ ਨਿਬੇੜ ਲਾਂਗੇ, ਵਿਚਾਰਧਾਰਕ ਤੌਰ 'ਤੇ ਵਖਰੇਵੇਂ ਹੋ ਸਕਦੇ ਨੇ, ਵਿਸ਼ਵਾਸ ਨੇ ਜਿਹੜੇ ਤੁਹਾਡੇ ਅੱਡੋ ਅੱਡ ਹੋ ਸਕਦੇ ਨੇ, ਲੇਕਿਨ ਇੱਥੇ ਜਿਹੜੀਆਂ ਸਾਡੀਆਂ ਮੰਗਾਂ ਨੇ, ਇੱਥੇ ਜਿਹੜਾ ਕਿਸਾਨੀ ਸੰਘਰਸ਼ ਹੈ ਇਹ ਸਾਡਾ ਸਾਰਿਆਂ ਦਾ ਸਾਂਝਾ ਹੈ। ਸੋ ਇਹਦੇ ਵਿੱਚ ਸਾਨੂੰ ਸਰਕਾਰ 'ਤੇ ਦਬਾਅ ਪਾਉਣ ਲਈ ਇੱਕਜੁੱਟ ਹੋਣ ਦੀ ਬਹੁਤ ਜ਼ਰੂਰਤ ਹੈ। ਸੋ ਇਸ ਦੇ ਨਾਲ ਹੀ ਦੋਸਤੋ, ਪਿਛਲੇ ਹਫ਼ਤੇ ਜਿਹੜੀਆਂ ਕੁਛ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰੀਆਂ,
ਜਿਨ੍ਹਾਂ ਨੇ ਮਨ ਨੂੰ ਕਾਫੀ ਉਦਾਸ ਕੀਤਾ। ਦੋ ਨਾਮਵਰ ਸ਼ਖਸੀਅਤਾਂ ਦਾ ਪਿਛਲੇ ਦਿਨੀ ਵਿਛੜ ਜਾਣਾ ਦੁਖਦਾਈ ਰਿਹਾ ਪੰਜਾਬੀ ਸੱਭਿਆਚਾਰ ਨੂੰ, ਖਾਸ ਕਰਕੇ ਸੰਗੀਤਕ ਖੇਤਰ ਦੇ ਵਿੱਚ ਬੜਾ ਘਾਟਾ ਮਹਿਸੂਸ ਹੋ ਰਿਹਾ ਹੈ। ਤੋ ਮੇਰੀ ਮੁਰਾਦ ਹੈ ਜਗਜੀਤ ਜੀਰਵੀ ਜੀ ਤੋਂ, ਜਿਨ੍ਹਾਂ ਨੇ ਕਮਰਸ਼ੀਅਲ ਗਾਇਕੀ ਤੋਂ ਹਟ ਕੇ ਸਾਹਿਤ ਨੂੰ ਗਾਇਆ ਔਰ ਬੜਾ ਨਿੱਠ ਕੇ ਗਾਇਆ। ਭਾਵੇਂ ਉਹਨਾਂ ਨੇ ਬੜੇ ਥੋੜ੍ਹੇ ਗੀਤ ਗਾਏ, ਭਾਵੇਂ ਉਹਨਾਂ ਦੇ ਸਰੋਤੇ ਵੀ ਘੱਟ ਹੋਣਗੇ, ਲੇਕਿਨ ਜੋ ਉਹਨਾਂ ਨੇ ਗਾਇਆ ਬੜੀ ਉੱਚ ਪਾਏ ਦਾ ਗਾਇਆ ਅਤੇ ਉਹਨਾਂ ਨੂੰ ਕਈ ਵਾਰ ਲਾਈਵ ਸੁਣਨ ਦਾ ਮੌਕਾ ਮਿਲਿਆ। ਸੋ ਕਿਸ ਤਰ੍ਹਾਂ ਉਹ ਡੁੱਬ ਕੇ ਗਾਉਂਦੇ ਸਨ, ਅੱਖਾਂ ਮੀਟ ਕੇ ਗਾਉਂਦੇ ਸਨ, ਕਿਉਂਕਿ ਕਿਸ ਤਰ੍ਹਾਂ ਉਹ ਜੁੜ ਜਾਂਦੇ ਸਨ। ਸੋ ਉਹਨਾਂ ਨੇ ਕੋਈ ਲਾਲਚਕ ਨਹੀਂ ਕੀਤਾ, ਕੋਈ ਆਪਣੀ ਗਾਇਕੀ ਨੂੰ ਵੇਚਣ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਉਹਨਾਂ ਦਾ ਜਿਹੜਾ ਜਾਣਾ ਹੈ ਉਹ ਬੜਾ ਦੁਖਦਾਈ ਹੈ ਅਤੇ ਅਸੀਂ ਆਪਣੇ ਅਦਾਰੇ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਸੋ ਕਿਉਂਕਿ ਸਾਹਿਤ ਨੂੰ ਗਾਉਣ ਵਾਲੇ ਸਾਡੇ ਕੋਲ ਬੜੇ ਘੱਟ ਗਵੱਈਏ ਹਨ। ਸੋ ਇਸੇ ਤਰ੍ਹਾਂ ਦੋਸਤੋ, ਇੱਕ ਹੋਰ ਜਿਹੜੀ ਦਿਲ ਤੋੜ ਦੇਣ ਵਾਲੀ ਖਬਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਨਾਬ ਸਰਦੂਰ ਸਿਕੰਦਰ ਸਾਹਿਬ ਦਾ ਅਚਾਨਕ ਵਿਛੋੜਾ, ਉਹਨਾਂ ਦਾ ਤੁਰ ਜਾਣਾ। ਸੋ ਫਿਰ ਮੈਂ ਉਹੀ ਗੱਲ ਕਹਾਂਗਾ ਕਿ ਜਿਸ ਤਰ੍ਹਾਂ ਸਾਹਿਤ ਨੂੰ ਗਾਉਣ ਵਾਲੇ ਘੱਟ ਨੇ, ਸੋ ਇਸੇ ਤਰ੍ਹਾਂ ਸੁਰ ਨੂੰ ਗਾਉਣ ਵਾਲੇ ਵੀ ਪੰਜਾਬੀ ਗਾਇਕੀ ਦੇ ਵਿੱਚ ਉਂਗਲਾਂ 'ਤੇ ਗਿਣੇ ਜਾਣ ਵਾਲੇ ਨੇ। ਸੋ ਜਿਨ੍ਹਾਂ ਦੇ ਵਿੱਚ ਸਰਦੂਲ ਸਿਕੰਦਰ ਸਾਹਿਬ ਇੱਕ ਸਨ। ਸੋ ਮੈਨੂੰ ਯਾਦ ਹੈ 1978 ਦੀ ਗੱਲ ਹੋਵੇਗੀ ਸੀ, ਜਿੱਤੇ ਮੈਂ ਜਦੋਂ ਉਹਨਾਂ ਨੂੰ ਪਹਿਲੀ ਵਾਰ ਮਿਲਿਆ ਸੀ। ਸੋ ਗਿਆਨੀ ਗੁਰਦਿਆਲ ਸਿੰਘ ਹਰੀ ਉਸਤਾਦ ਜੀ ਸਨ ਅਤੇ ਉਹਨਾਂ ਕੋਲ ਬੜੇ ਜਿਹੜੇ ਲੇਖਕ ਸੀ ਜਾਂ ਬੜੇ ਸਟੇਜਾਂ 'ਤੇ ਗਾਉਣ ਵਾਲੇ ਸੀ, ਉਹਨਾਂ ਕੋਲ ਬੜੇ ਉਹਨਾਂ ਕੋਲ ਜਾਂਦੇ ਸੀ। ਸੋ ਮੈਂ ਵੀ ਜਾਂਦਾ ਸੀ ਕਿਉਂਕਿ ਉਹਨਾਂ ਦਾ ਜਿਹੜਾ ਭਤੀਜਾ ਜਗਵੀਰ ਜੱਗਾ ਮੇਰਾ ਦੋਸਤ ਸੀ, ਬਲਵੰਤ ਰਾਹਿਲ ਮੇਰੇ ਦੋਸਤ ਸਨ। ਸੋ ਉੱਥੋਂ ਇਹ ਸਾਰੀਆਂ ਮਹਿਫਲਾਂ ਲੱਗਦੀਆਂ ਸਨ, ਇਕੱਠੇ ਹੁੰਦੇ ਸਨ। ਤੋ ਮੈਂ ਸਰਦੂਲ ਸਿਕੰਦਰ ਸਾਹਿਬ ਨੂੰ ਪਹਿਲੀ ਵਾਰ ਉੱਥੇ ਦੇਖਿਆ ਸੀ। ਸੋ ਉਸ ਤੋਂ ਬਾਅਦ ਮੇਲਿਆਂ ਦੇ ਵਿੱਚ, ਹੋਰ ਥਾਵਾਂ 'ਤੇ ਤੋਂ ਅਕਸਰ ਉਹਨਾਂ ਦੀ ਗਾਇਕੀ ਸੁਣਨ ਨੂੰ ਮਿਲਦੀ ਰਹੀ, ਉਹਨਾਂ ਦੇ ਅਖਾੜੇ ਸੁਣੇ। ਤੋ ਜਾਂ ਇਹ ਕਹਿ ਲਓ ਕਿ ਵੀ ਜੀਵਨ ਦੇ ਸਮਾਂਤਰ ਉਹ ਚੱਲਦੇ ਰਹੇ, ਕਿਉਂਕਿ ਸਾਡੀ ਉਮਰ ਜਿਹੜੀ ਹੈ ਉਹ ਤਕਰੀਬਨ ਇੱਕ ਜੀ ਸੀ। ਸਾਡੇ ਵਿਆਹਾਂ ਦੇ ਵਿੱਚ ਉਹਨਾਂ ਦੇ ਗੀਤ ਚੱਲੇ ਅਤੇ ਪਾਰਟੀਆਂ ਦੇ ਵਿੱਚ ਉਹਨਾਂ ਦੇ ਗੀਤ ਚੱਲਦੇ ਰਹੇ। ਤੋ ਮੈਂ ਜਿੱਥੇ ਤੱਕ ਮਹਿਸੂਸ ਕਰਦਾ ਹਾਂ ਕਿ ਜਿੰਨੀ ਉਹਨਾਂ ਕੋਲ ਕਲਾ ਸੀ, ਭਾਵੇਂ ਉਸ ਰੂਪ ਦੇ ਵਿੱਚ ਉਨੀ ਬਾਹਰ ਨਹੀਂ ਆਈ, ਲੇਕਿਨ ਜਦੋਂ ਤੁਸੀਂ ਉਹਨਾਂ ਨੂੰ ਮਹਿਫਲਾਂ ਦੇ ਵਿੱਚ ਸੁਣਦੇ ਸੀ, ਸੋ ਕਿਆ ਰੰਗ ਬੰਨਦੇ ਸਨ ਉਹ। ਸੋ ਕਿਸ ਤਰ੍ਹਾਂ ਜਿਹੜਾ ਉਹ ਕਲਾਸੀਕਲ ਸੰਗੀਤ ਹੈ ਉਸਦੀ ਉਹਨਾਂ ਨੂੰ ਗਿਆਨ ਸੀ, ਗਜ਼ਲਾਂ ਵੀ ਗਾ ਲੈਂਦੇ ਸੀ ਅਤੇ ਕਵਾਲੀਆਂ ਵੀ ਗਾ ਲੈਂਦੇ ਸੀ ਅਤੇ ਬੜੀ ਹੀ ਕਮਾਲ ਦੀ ਗਾਇਕੀ ਸੀ ਉਹਨਾਂ ਦੀ। ਸੋ ਇਸ ਤਰ੍ਹਾਂ ਸੁਰ ਚ ਗਾਉਣ ਵਾਲੇ ਜਿਹੜੇ ਸਨ ਉਹ ਸਾਡੇ ਕੋਲ ਪਹਿਲਾਂ ਹੀ ਘੱਟ ਨੇ, ਲੇਕਿਨ ਸਰਦੂਲ ਸਿਕੰਦਰ ਸਾਹਿਬ ਦਾ ਚਲੇ ਜਾਣਾ ਇਹ ਵੀ ਬੜਾ ਦੁਖਦਾਈ ਹੈ। ਸੋ ਦੋਸਤੋ, ਪਿਛਲੇ ਦਿਨੀ ਕੁਛ ਹੋਰ ਵੀ ਘਟਨਾਵਾਂ ਵਾਪਰੀਆਂ। ਅਮਰੀਕਾ ਦੇ ਵਿੱਚ ਇੱਕ ਸਾਡੇ ਗੋਲਫਰ ਹੈਗੇ ਨੇ ਜਾਂ ਗੋਲਫ ਖੇਡਣ ਵਾਲੇ ਨੇ ਜਿਨ੍ਹਾਂ ਨੂੰ ਕੌਮਾਂਤਰੀ ਪ੍ਰਸਿੱਧੀ ਹਾਸਲ ਹੈ, ਟਾਈਗਰ ਵੁੱਡ ਸਾਹਿਬ, ਉਹਨਾਂ ਦਾ ਹਾਦਸਾ ਹੋਇਆ ਅਤੇ ਉਹਨਾਂ ਦੀਆਂ ਲੱਤਾਂ ਦੇ ਵਿੱਚ ਫ੍ਰੈਕਚਰ ਆਏ। ਅਤੇ ਇਹ ਵੀ ਜਿਹੜੀ ਹੈਗੀ, ਇਹ ਜਿਹੜੇ ਖੇਡ ਪ੍ਰੇਮੀ ਨੇ ਉਹਨਾਂ ਨੂੰ ਇਸ ਹਾਦਸੇ ਨੇ ਹਿਲਾ ਕੇ ਰੱਖ ਦਿੱਤਾ, ਕਿਉਂਕਿ ਬੜੀ ਵਾਰ ਉਹਨਾਂ ਵਿਸ਼ਵ ਚੈਂਪੀਅਨ ਬਣੇ ਨੇ ਤੋ ਆਪਣੇ ਖੇਤਰ ਦੇ ਵਿੱਚ, ਅਤੇ ਹੁਣ ਵੀ ਬੜੀ ਮਿਹਨਤ ਕਰ ਰਹੇ ਸੀ, ਲੇਕਿਨ ਜਿਹੜਾ ਉਹਨਾਂ ਦਾ ਅਚਾਨਕ ਹਾਦਸਾ ਹੈ ਤਾਂ ਉਹਦੇ ਕਰਕੇ ਤੋ ਜਿੰਨੇ ਖੇਡ ਪ੍ਰੇਮੀ ਨੇ ਉਹਨਾਂ ਨੂੰ ਕਾਫੀ ਧੱਕਾ ਲੱਗਿਆ ਹੈ। ਸੋ ਇੱਕ ਗੱਲ ਮੈਂ ਹੋਰ ਦੋਸਤੋ ਤੁਹਾਨੂੰ ਕਹਿਣੀ ਚਾਹੁੰਦਾ ਹਾਂ ਕਿ ਕੁਆਰੰਟੀਨ ਜਿਹੜੀ ਸਰਕਾਰੀ ਛਤਰਛਾਇਆ ਹੇਠ ਆ, ਉਹਦੀ ਸ਼ੁਰੂਆਤ ਹੋ ਚੁੱਕੀ ਹੈ। ਸੋ 22 ਫਰਵਰੀ ਤੋਂ ਇਹ ਜਿਹੜੀ ਸ਼ੁਰੂਆਤ ਹੈ ਹੋ ਚੁੱਕੀ ਹੈ। ਸੋ ਸਰਕਾਰ ਨੇ ਪਹਿਲਾਂ ਬੜੇ ਮੌਕੇ ਦਿੱਤੇ ਨੇ, ਦੋ ਦੋ ਤਿੰਨ ਤਿੰਨ ਫਲਾਈਟਾਂ ਲਾ ਕੇ, ਵਾਧੂ ਲਾ ਕੇ, ਅਤੇ ਉਹਨਾਂ ਨੇ ਆਪਣੇ ਜਿਹੜੇ ਕੈਨੇਡੀਅਨ ਸਿਟੀਜ਼ਨ ਸਨ ਜਾਂ PR ਸਨ ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਤੁਹਾਨੂੰ 10-15 ਦਿਨ ਦਿੱਤੇ ਸੀ, ਲੇਕਿਨ ਅਗਰ ਫਿਰ ਵੀ ਨਹੀਂ ਕਈ ਲੋਕ ਆ ਸਕੇ, ਉਹਨਾਂ ਦੀਆਂ ਮਜਬੂਰੀਆਂ ਹੋਣਗੀਆਂ, ਕਿਸੇ ਦੇ ਮਾਂ ਬਾਪ ਬਿਮਾਰ ਨੇ, ਕੋਈ ਕਿਸੇ ਦੇ ਫਿਊਨਰਲ 'ਤੇ ਗਿਆ ਹੈ, ਜਾਂ ਕੋਈ ਹੋਰ ਜਿਹੜੀਆਂ ਮਜਬੂਰੀਆਂ ਨੇ ਉਹ ਹਨ, ਲੇਕਿਨ ਇੱਕ ਵਾਰੀ ਫਿਰ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਦੋਂ ਤੁਸੀਂ ਮੁੜ ਕੇ ਟੋਰਾਂਟੋ, ਵੈਨਕੂਵਰ, ਮੌਂਟਰੀਅਲ ਇਹਨਾਂ ਏਅਰਪੋਰਟਾਂ 'ਤੇ ਉਤਰੋਂਗੇ ਤਾਂ ਤੁਹਾਨੂੰ ਜਿਹੜੀ ਹੈਗੀ ਆ ਉਹ ਸਰਕਾਰੀ ਕੁਆਰੰਟੀਨ, ਸਰਕਾਰੀ ਦੇਖ ਰੇਖ ਹੇਠ ਜਿਹੜੀ ਕੁਆਰੰਟੀਨ ਆ ਉਹ ਕਰਨੀ ਪਵੇਗੀ। ਤੋ ਉਹਦੇ ਵਿੱਚ 3 ਦਿਨ ਤਾਂ ਤੁਹਾਨੂੰ ਹੋਟਲ ਦੇ ਵਿੱਚ ਰਹਿਣਾ ਹੀ ਪਵੇਗਾ, ਹੋਟਲ ਵੀ ਉਸ ਵਿੱਚ ਰਹਿਣਾ ਪਵੇਗਾ ਜਿਹਦੇ ਵਿੱਚ ਸਰਕਾਰ ਤੁਹਾਨੂੰ ਰੱਖੇਗੀ। ਤਾਂ ਉਹਦੇ ਵਿੱਚ 1 ਦਿਨ ਦਾ ਜਿਹੜਾ ਖਰਚਾ ਹੈ, ਇੱਕ ਟਾਈਮ ਦਾ ਜਿਹੜਾ ਖਰਚਾ, ਉਹ $2000 ਹੈ। ਅਤੇ ਜੇ ਤੁਸੀਂ 3-4 ਮੈਂਬਰ ਹੋ ਤਾਂ ਤੁਹਾਨੂੰ ਜਿਹੜਾ ਚੰਗਾ ਖਰਚਾ ਜਿਹੜਾ ਉਹ ਕਰਨਾ ਪੈ ਸਕਦਾ। ਤੋ ਇਸੇ ਦੌਰਾਨ ਤੁਹਾਡਾ ਕੋਵਿਡ ਟੈਸਟ ਹੋਏਗਾ, ਅਤੇ ਜੇ ਉਸ ਦੇ ਵਿੱਚ ਤੁਸੀਂ ਪੋਜ਼ਿਟਿਵ ਆ ਜਾਂਦੇ ਹੋ ਤਾਂ ਫਿਰ ਤੁਹਾਨੂੰ ਜਿਹੜਾ ਹੈਗਾ 14 ਦਿਨ ਲਈ ਹੋਟਲ ਦੇ ਵਿੱਚ ਰਹਿਣਾ ਪਵੇਗਾ ਅਤੇ ਕੁਆਰੰਟੀਨ ਕਰਨੀ ਪਵੇਗੀ।
ਸੋ ਇਹਨੂੰ ਤੁਸੀਂ ਸਕਿਪ ਨਹੀਂ ਕਰ ਸਕਦੇ, ਇਹਨੂੰ ਤੁਸੀਂ ਕੋਈ ਸਰਕਾਰ ਦੀਆਂ ਅੱਖਾਂ 'ਚ ਘੱਟਾ ਨਹੀਂ ਪਾ ਸਕਦੇ। ਅੱਗੇ ਸੀਗਾ ਵੀ ਤੁਸੀਂ ਘਰਾਂ ਦੇ ਵਿੱਚ ਚਲੇ ਜਾਂਦੇ ਸੀ, ਕਹਿ ਦਿੰਦੇ ਸੀ ਕਿ ਮੈਂ ਕੁਆਰੰਟੀਨ ਕਰੂੰਗਾ, ਪਰ ਬਹੁਤੇ ਲੋਕ ਨਹੀਂ ਕਰਦੇ ਸੀ। ਸੋ ਇਸ ਕਰਕੇ ਤੁਸੀਂ ਜਦੋਂ ਵੀ ਹੁਣ ਕੈਨੇਡਾ ਦੇ ਵਿੱਚ ਆਉਣਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਦਿਮਾਗ ਦੇ ਵਿੱਚ ਲੈ ਕੇ ਆਉਣਾ ਹੈ ਕਿ ਇਸ ਤਰ੍ਹਾਂ ਹੋ ਸਕਦਾ ਹੈ, ਹੁਣ ਤੁਸੀਂ ਸਿੱਧੇ ਏਅਰਪੋਰਟ ਤੋਂ ਘਰ ਨਹੀਂ ਆ ਸਕਦੇ। ਸੋ ਦੋਸਤੋ, ਇਸੇ ਪ੍ਰਕਾਰ ਜੋ ਪਿਛਲੇ ਹਫ਼ਤੇ ਜਿਹੜੀਆਂ ਸਰਗਰਮੀਆਂ ਹੋਈਆਂ ਨੇ, ਸੋ ਉਹਦੇ ਵਿੱਚ ਸਾਡੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਅਤੇ ਅਮਰੀਕਨ ਰਾਸ਼ਟਰਪਤੀ ਜੋ ਬਾਈਡਨ ਸਾਹਿਬ ਅਤੇ ਉਹਨਾਂ ਦੇ ਜਿਹੜੇ ਦੋਨਾਂ ਦੇ ਸਟਾਫ ਨੇ, ਉਪ ਰਾਸ਼ਟਰਪਤੀ ਜਾਂ ਉਪ ਪ੍ਰਧਾਨ ਮੰਤਰੀ ਜਾਂ ਹੋਰ ਵਿਦੇਸ਼ੀ ਮਾਮਲਿਆਂ ਨਾਲ ਸੰਬੰਧਿਤ, ਉਹਨਾਂ ਸਾਰਿਆਂ ਦੀ ਵਰਚੁਅਲ ਮੀਟਿੰਗ ਜਿਹੜੀ ਹੈ ਉਹ ਪਹਿਲੀ ਹੋਈ ਹੈ। ਤਾਂ ਪਹਿਲੀ ਵਾਰ ਜਿਹੜਾ ਅਮਰੀਕਨ ਪ੍ਰੈਜੀਡੈਂਟ ਹੈ, ਅਮਰੀਕਨ ਪ੍ਰਧਾਨ ਹੈ, ਤਾਂ ਉਸਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਓਫਿਸ਼ੀਅਲੀ ਗੱਲਬਾਤ ਕੀਤੀ ਹੈ ਅਤੇ ਇਹਦੇ ਵਿੱਚ ਕਾਫ਼ੀ ਮੁੱਦੇ ਵਿਚਾਰੇ ਗਏ ਨੇ। ਸੋ ਕੋਵਿਡ ਦਾ ਮੁੱਦਾ ਵੀ ਵਿਚਾਰਿਆ ਗਿਆ ਹੈ, ਬਿਜ਼ਨਸ ਵਿਚਾਰਿਆ ਗਿਆ ਹੈ। ਤਾਂ ਮੈਂ ਜਿਹੜਾ ਹੈ ਜਾਂ ਮੇਰੀ ਜਿਹੜੀ ਵਿਚਾਰਧਾਰਾ ਹੈ ਉਹ ਇਸ ਤਰ੍ਹਾਂ ਹੈ ਕਿ ਦੋਨਾਂ ਮੁਲਕਾਂ ਦੇ ਵਿੱਚ ਜਿੰਨੀ ਵੀ ਛੇਤੀ ਹੋ ਸਕੇ ਜਿਹੜੇ ਵਪਾਰਕ ਰਿਸ਼ਤੇ ਨੇ ਜਾਂ ਉਡਾਣਾਂ ਦਾ ਆਦਾਨ ਪ੍ਰਦਾਨ ਹੈ ਉਹ ਸ਼ੁਰੂ ਹੋਣਾ ਚਾਹੀਦਾ, ਕਿ ਲੋਕ ਬਹੁਤ ਨਿਰਾਸ਼ਤਾ ਦੇ ਵਿੱਚ ਹਨ, ਬਿਜ਼ਨਸ ਨੇ ਜਿਹੜੇ ਬੜੇ ਲੋਅ ਹਨ, ਤਾਂ ਕਿ ਜਿਹੜਾ ਹੈ ਦੁਬਾਰਾ ਤੋਂ ਜਿਹੜੀ ਜ਼ਿੰਦਗੀ ਹੈ ਉਹ ਆਮ ਵਰਗੀ ਹੋ ਸਕੇ, ਅਸੀਂ ਇੱਧਰ ਇੱਕ ਦੂਜੇ ਦੇ ਇੱਧਰ ਆ ਜਾ ਸਕੀਏ ਅਤੇ ਵਪਾਰ ਹੈ ਜਿਹੜਾ ਖਾਸ ਕਰਕੇ ਉਸਨੂੰ ਹੁੰਗਾਰਾ ਮਿਲ ਸਕੇ। ਸੋ ਮੈਂ ਸਮਝਦਾ ਕਿ ਇਹ ਇੱਕ ਚੰਗਾ ਸ਼ਗਨ ਹੈ। ਤੋ ਜਿਸ ਤਰ੍ਹਾਂ ਦੋਨਾਂ ਮੁਲਕਾਂ ਦੇ ਵਿੱਚ ਵੈਕਸੀਨ ਲੱਗ ਰਹੀ ਹੈ, ਤੋ ਉਹਦੇ ਤੋਂ ਇਸ ਪ੍ਰਕਾਰ ਲੱਗ ਰਿਹਾ ਹੈ ਕਿ ਜਲਦੀ ਹੀ ਅਸੀਂ ਜਿਹੜਾ ਹੈਗਾ ਇਸ ਮਹਾਂਮਾਰੀ 'ਤੇ ਕੰਟਰੋਲ ਪਾ ਲਵਾਂਗੇ ਅਤੇ ਮੁੜ ਕੇ ਜਿਹੜਾ ਜੀਵਨ ਹੈ ਉਹ ਲੀਹੇ ਪੈ ਜਾਵੇਗਾ। ਸੋ ਦੋਸਤੋ, ਪਿਛਲੇ ਪ੍ਰੋਗਰਾਮਾਂ ਨੂੰ ਸੁਣਨ ਤੋਂ ਬਾਅਦ ਸਾਡੇ ਕਾਫ਼ੀ ਸਾਰੇ ਨਾਮਵਰ ਜਿਹੜੇ ਖੇਤਰਾਂ ਦੇ ਵਿੱਚ ਸ਼ਖਸੀਅਤਾਂ ਨੇ, ਉਹਨਾਂ ਸਾਨੂੰ ਫੋਨ ਕੀਤੇ ਨੇ, ਹੌਸਲਾ ਵਜਾਈ ਦਿੱਤੀ ਹੈ। ਤਾਂ ਮੈਂ ਉਹਨਾਂ ਸਾਰਿਆਂ ਦਾ ਜਿਹੜਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ। ਡਾਕਟਰ ਬਲਦੇਵ ਸਿੰਘ ਧਾਲੀਵਾਲ ਆਲੋਚਕ ਨੇ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਰਹੇ ਨੇ ਅਤੇ ਆਲੋਚਨਾ ਦੇ ਖੇਤਰ ਦੇ ਵਿੱਚ, ਕਹਾਣੀ ਦੇ ਖੇਤਰ ਵਿੱਚ ਕੰਮ ਕਰਦੇ ਨੇ ਅਤੇ ਬੜੇ ਹੀ ਸਰਗਰਮ ਨੇ। ਤਾਂ ਉਹਨਾਂ ਨੇ ਸਾਨੂੰ ਸੰਦੇਸ਼ ਭੇਜਿਆ ਹੈ, ਤਾਂ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ। ਇਸੇ ਤਰ੍ਹਾਂ ਸਰਦਾਰ ਸੁਖਦੇਵ ਸਿੰਘ ਸਮਰਾ ਸਾਹਿਬ, ਹਰਜੀਤ ਸਿੰਘ ਦਿਓਲ ਸਾਹਿਬ ਅਤੇ ਭੁਪਿੰਦਰ ਮੱਲੀ ਸਾਹਿਬ, ਤੋਂ ਇਸ ਦੇ ਨਾਲ ਨਾਲ ਪ੍ਰਗਟ ਸਿੰਘ ਸਤੌਜ ਸਾਹਿਬ, ਤੋਂ ਸਾਰੇ ਸੰਦੇਸ਼ ਭੇਜਦੇ ਨੇ। ਸੰਦੇਸ਼ ਤਾਂ ਹੋਰ ਵੀ ਬਹੁਤ ਆਏ ਨੇ, ਲੇਕਿਨ ਮੈਂ ਕੁਛ ਕੁ ਨੇ ਜਿਹੜੇ ਤੁਹਾਡੇ ਨਾਲ ਉਹ ਸਾਂਝੇ ਕਰ ਰਿਹਾ, ਤਾਂ ਇਹਨਾਂ ਦਾ ਮੈਂ ਧੰਨਵਾਦ ਵੀ ਕਰ ਰਿਹਾ ਹਾਂ। ਅਤੇ ਪ੍ਰਗਟ ਸਿੰਘ ਸਤੌਜ ਸਾਹਿਬ 1947 ਬਾਰੇ, 1947 ਦੀ ਵੰਡ ਬਾਰੇ ਇੱਕ ਬਹੁਤ ਹੀ ਕਮਾਲ ਦੀ ਪੁਸਤਕ ਤਿਆਰ ਕਰ ਰਹੇ ਨੇ, ਅਤੇ ਉਹਦੇ ਵਿੱਚ ਉਹ ਜਿਹੜਾ ਇਕੱਠਾ ਕਰ ਰਹੇ। ਜੇ ਤੁਹਾਡੇ ਕੋਲ ਇਸ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ, ਤਾਂ ਜਾਂ ਮੈਨੂੰ ਜਿਹੜਾ ਹੈ ਉਹ ਸੰਪਰਕ ਕਰ ਸਕਦੇ ਹੋ। ਸੋ ਇਸੇ ਪ੍ਰਕਾਰ ਭੁਪਿੰਦਰ ਸਿੰਘ ਮੱਲੀ ਸਾਹਿਬ, ਵਿਰਾਸਤ ਫਾਊਂਡੇਸ਼ਨ ਵਾਲੇ ਵੈਨਕੂਵਰ ਤੋਂ, ਉਹਨਾਂ ਨੇ ਇੱਕ ਕਿਤਾਬ ਜਿਹੜੀ ਹੈ ਤਿਆਰ ਕਰਵਾਈ ਹੈ। ਤੋ ਜੋ ਰਵੀਸ਼ ਕੁਮਾਰ ਨੇ, ਪੱਤਰਕਾਰ ਜਾਣੇ ਜਾਂਦੇ ਨੇ ਆਪਣੀ ਵਿਲੱਖਣ ਅੰਦਾਜ਼ ਕਰਕੇ, ਸੱਚ ਬੋਲਣ ਕਰਕੇ, ਸੋ ਉਹਨਾਂ ਦੀ ਲਿਖੀ ਹੋਈ ਇੰਗਲਿਸ਼ ਦੇ ਵਿੱਚ ਕਿਤਾਬ ਬੋਲ ਬੰਦਿਆ, ਤੋ ਜਿਸਦਾ ਉਹਨਾਂ ਨੇ ਪੰਜਾਬੀ ਅਨੁਵਾਦ ਕਰਵਾਇਆ ਹੈ। ਤੋ ਉਹ ਜਲ ਕਿਤਾਬ ਜਿਹੜੀ ਹੈਗੀ ਉਹ ਤਕਰੀਬਨ ਤਿਆਰ ਹੋ ਗਈ ਹੈ ਅਤੇ ਜਲਦੀ ਹੀ ਤੁਹਾਡੇ ਤੱਕ ਪੁੱਜ ਜਾਵੇਗੀ। ਸੋ ਦੋਸਤੋ, ਹਰਜੀਤ ਸਿੰਘ ਦਿਓਲ ਸਾਹਿਬ, ਉਹਨਾਂ ਨੇ ਇੱਕ ਸਮੱਸਿਆ ਉਠਾਈ ਹੈ। ਉਹਨਾਂ ਦਾ ਕਹਿਣਾ ਹੈ, ਉਹਨਾਂ ਨੇ ਸਾਨੂੰ ਲਿਖਤੀ ਸੰਦੇਸ਼ ਭੇਜਿਆ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਅਸੀਂ ਬਹੁਤ ਵਿਸ਼ਵਾਸ ਕਰਨ ਲੱਗ ਪਏ ਹਾਂ। ਸੋਸ਼ਲ ਮੀਡੀਆ ਜਾਂ ਲੋਕ ਬਹੁਤ ਸਾਰੇ ਲਾਈਕਸ ਲੈਣ ਲਈ, ਅਤੇ ਜਾਂ ਕਹਿ ਲਓ ਕਿ ਆਪਣੇ ਜਿਹੜੇ ਵਿਊਰ ਨੇ, ਦਰਸ਼ਕ ਨੇ, ਉਹਨਾਂ ਨੂੰ ਵਧਾਉਣ ਲਈ, ਤੋ ਸਨਸਨੀ ਖੇਜ਼ ਗੱਲਾਂ ਲਿਖ ਕੇ ਉਹ ਵੀਡੀਓ ਜਾਂ ਕੋਈ ਇਸ ਤਰ੍ਹਾਂ ਦੇ ਟਿਕਟੋਕ ਜਾਂ ਕੋਈ ਯੂਟਿਊਬ, ਸੋ ਇਸ ਤਰ੍ਹਾਂ ਦੀਆਂ ਬਣਾ ਕੇ ਪਾਉਂਦੇ ਨੇ। ਤੋ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਬੜਾ ਹੀ ਸੁਚੇਤ ਹੋਣ ਦੀ ਲੋੜ ਹੈ ਕਿ ਕਿਹੜੀ ਚੀਜ਼ ਸੱਚ ਹੈ, ਕਿਹੜੀ ਚੀਜ਼ ਜਿਹੜੀ ਹੈ ਸਬੂਤਾਂ ਸਮੇਤ ਪੇਸ਼ ਕੀਤੀ ਗਈ ਹੈ। ਸੋ ਹਰ ਗੱਲ 'ਤੇ ਯਕੀਨ ਕਰ ਲੈਣਾ, ਹਰ ਵੀਡੀਓ 'ਤੇ ਯਕੀਨ ਕਰ ਲੈਣਾ, ਹਰ ਖਬਰ 'ਤੇ ਯਕੀਨ ਕਰ ਲੈਣਾ, ਅਤੇ ਫਿਰ ਉਹਨੂੰ ਫੈਲਾ ਦੇਣਾ, ਅਤੇ ਦੂਜਿਆਂ ਨੂੰ ਕਹਿਣਾ ਜੀ ਇਹ ਮੈਂ ਤਾਂ ਫੇਸਬੁੱਕ ਤੋਂ ਸੁਣਿਆ, ਜੀ ਮੈਂ ਤਾਂ ਟਿਕਟੋਕ ਤੋਂ ਦੇਖਿਆ। ਸੋ ਇਹ ਜਿਹੜਾ ਹੈ 90% ਦੋਸਤੋ, ਤੋਂ ਇਹ ਜਿਹੜਾ ਹੈਗੀਆਂ ਖਬਰਾਂ ਨੇ ਜਿਹੜੀਆਂ ਉਹ ਸੱਚ ਨਹੀਂ ਹੁੰਦੀਆਂ, ਅਤੇ ਸਾਨੂੰ ਇਹ ਦੇਖਣਾ ਪਵੇਗਾ। ਸੋ ਸਾਨੂੰ ਇਹ ਕੋਸ਼ਿਸ਼ ਕਰਨੀ ਪਵੇਗੀ ਕਿ ਜਿਹੜਾ ਇਹ ਸੋਸ਼ਲ ਮੀਡੀਆ ਇਹਦਾ ਅਸੀਂ ਅਬਿਊਜ਼ ਨਾ ਕਰੀਏ, ਤੋਂ ਇਹਨੂੰ ਅਸੀਂ ਸਾਰਥਕ ਬਣਾਈਏ, ਤੋਂ ਇਹਦੇ ਤੋਂ ਕੋਈ ਇਸ ਤਰ੍ਹਾਂ ਦੇ ਕੰਮ ਲਈਏ ਤੋ ਜਿਹੜੇ ਸਾਰੀ ਸਮੁੱਚੀ ਮਨੁੱਖਤਾ ਲਈ ਭਲੇ ਦੇ ਹੋਣ। ਤਾਂ ਉਹਦੇ ਵਿੱਚ ਜਿਹੜੀ ਅਫਵਾਹਾਂ ਫੈਲਾਉਣ ਵਾਲੀ ਗੱਲ ਹੈ, ਇਹ ਇੱਕ ਕਿਸਮ ਦਾ ਧਰੋਹ ਹੈ ਲੋਕਾਂ ਨਾਲ, ਸੋ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਚਾਹੀਦਾ। ਸੋ ਪਿਛਲੇ ਦਿਨੀ ਦੋਸਤੋ, ਇੱਕ ਹੋਰ ਇਤਿਹਾਸਿਕ ਕਦਮ ਜਿਹੜੀ ਮਨੁੱਖਤਾ ਦਾ ਜਿਹੜਾ ਜੀਵਨ ਹੈ ਇਸ ਦੇ ਵਿੱਚ ਵਾਪਰਿਆ, ਉਹ ਇਹ ਸੀ ਕਿ ਸਾਡੀ ਧਰਤੀ ਦਾ ਗੁਆਂਢੀ ਗ੍ਰਹਿ ਮੰਗਲ, ਜੋ ਸਾਡੇ ਤੋਂ ਕਾਫ਼ੀ ਦੂਰ ਹੈ,
ਤੋਂ ਉੱਥੇ ਜਿਹੜਾ ਹੈਗਾ ਇੱਕ ਰੋਵਰ ਭੇਜਿਆ ਗਿਆ ਨਾਸਾ ਵੱਲੋਂ, ਤੋ ਜਿਸ ਨੇ ਉੱਥੇ ਲੈਂਡ ਕੀਤਾ ਪਿਛਲੇ ਦਿਨਾਂ ਦੇ ਵਿੱਚ 18 ਫਰਵਰੀ ਨੂੰ। ਸੋ ਇਸ ਨੂੰ ਭਾਵੇਂ ਕਾਫੀ ਸਮਾਂ ਲੱਗਿਆ, ਲੇਕਿਨ ਇਹ ਇੱਕ ਮਨੁੱਖ ਇਤਿਹਾਸ ਦੇ ਵਿੱਚ ਨਵਾਂ ਕਦਮ ਇਸ ਲਈ ਹੈ ਕਿ ਸਾਡੀ ਧਰਤੀ ਜਿਹੜੀ ਹੈ ਇਹਦੇ 'ਤੇ ਜਿਹੜੇ ਕੁਦਰਤੀ ਭੰਡਾਰ ਨੇ ਉਹ ਆਉਣ ਵਾਲੇ 1000-2000 ਸਾਲਾਂ 'ਚ ਮੁੱਕ ਸਕਦੇ ਨੇ। ਧਰਤੀ 'ਤੇ ਕੋਈ ਬਹੁਤ ਵੱਡੀ ਆਫਤ ਆ ਸਕਦੀ ਹੈ, ਅਤੇ ਜੇ ਸਾਡੀ ਧਰਤੀ ਖਤਰੇ ਦੇ ਵਿੱਚ ਪੈ ਜਾਂਦੀ ਹੈ ਤਾਂ ਮਨੁੱਖੀ ਨਸਲ ਨੂੰ ਕਿਵੇਂ ਬਚਾ ਕੇ ਰੱਖਣਾ ਹੈ। ਮਨੁੱਖੀ ਨਸਲ ਯੂਨੀਵਰਸ ਦੇ ਵਿੱਚ ਜਿੱਥੋਂ ਤੱਕ ਅਸੀਂ ਜਾਣਦੇ ਹਾਂ ਅਜੇ ਸਾਡੀ ਧਰਤੀ 'ਤੇ ਹੀ ਹੈ, ਅਜੇ ਤੱਕ ਹੋਰ ਕਿਤੇ ਮਨੁੱਖ ਦਾ ਵਾਸਾ ਨਹੀਂ ਲੱਭਿਆ। ਸੋ ਇਸ ਕਰਕੇ ਮਨੁੱਖ ਕੋਸ਼ਿਸ਼ਾਂ ਕਰ ਰਿਹਾ ਕਿ ਕੋਈ ਜਿਹੜਾ ਗ੍ਰਹਿ ਹੈ ਧਰਤੀ ਦੇ ਨੇੜੇ ਤੇੜੇ ਦਾ ਉਹਨੂੰ ਆਬਾਦ ਕਰ ਲਿਆ ਜਾਵੇ, ਉੱਥੇ ਕੁਛ ਜਿਹੜਾ ਮਨੁੱਖੀ ਨਸਲ ਆ ਜਿਹੜੀ ਉਹਨੂੰ ਉੱਥੇ ਕੱਢ ਦਿੱਤਾ ਜਾਵੇ ਤਾਂ ਕਿ ਜੇ ਕੱਲ੍ਹ ਨੂੰ ਧਰਤੀ ਆ ਜਿਹੜੀ ਉਹ ਨਸ਼ਟ ਹੋ ਜਾਂਦੀ ਹੈ ਜਾਂ ਇੱਥੋਂ ਦਾ ਜਿਹੜਾ ਜੀਵਨ ਆ ਉਹ ਖਤਮ ਹੋ ਜਾਂਦਾ ਤਾਂ ਕਿ ਜਿਹੜੀ ਮਨੁੱਖੀ ਨਸਲ ਹੈ ਉਸ ਨੂੰ ਬਚਾ ਕੇ ਰੱਖਿਆ ਜਾ ਸਕੇ। ਸੋ ਦੋਸਤੋ ਇਹ ਵੀ ਜਿਹੜਾ ਹੈ ਪਿਛਲੇ ਦਿਨਾਂ ਦੇ ਵਿੱਚ ਵਿਗਿਆਨ ਦੇ ਖੇਤਰ ਵਿੱਚ ਵਾਪਰਿਆ। ਤੋ ਉਸ ਦੇ ਨਾਲ ਨਾਲ ਆਪਾਂ ਗੱਲ ਕਰਦੇ ਸੀ ਕਿ ਕਈ ਤਿਉਹਾਰ ਲੰਘ ਕੇ ਗਏ, ਜਿਸ ਦੇ ਵਿੱਚ ਬਸੰਤ ਪੰਚਮੀ ਦਾ ਜਿਹੜਾ ਤਿਉਹਾਰ ਹੈ ਉਹ ਲੰਘ ਕੇ ਗਿਆ, ਅਤੇ ਇਹ ਸਾਰੇ ਸਾਨੂੰ ਹੁਲਾਸ ਦਿੰਦੇ ਨੇ। ਸੋ ਇਸ ਦੇ ਨਾਲ ਨਾਲ ਦੋਸਤੋ ਭਗਤ ਰਵਿਦਾਸ ਜੀ ਦਾ ਜਿਹੜਾ ਜਨਮ ਹੈ ਉਹ ਵੀ ਇਸੇ ਮਹੀਨੇ ਦੇ ਅੰਤ 'ਤੇ ਆਉਂਦਾ ਹੈ, ਅਤੇ ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਤੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੇ ਜਿਹੜੇ ਸ਼ਲੋਕ ਨੇ ਜਾਂ ਜਿਹੜੀ ਉਹਨਾਂ ਦੀ ਬਾਣੀ ਹੈ ਉਹ ਸਮੁੱਚੀ ਮਨੁੱਖਤਾ ਨੂੰ ਕਿ ਇਸ ਤਰ੍ਹਾਂ ਦਾ ਸੰਦੇਸ਼ ਦਿੰਦੀ ਹੈ ਕਿ ਸਾਨੂੰ ਜਾਤਾਂ ਪਾਤਾਂ ਬੋਲੀਆਂ ਖਿੱਤਿਆਂ ਤੋਂ ਉੱਪਰ ਉੱਠਣਾ ਚਾਹੀਦਾ ਹੈ। ਤੋ ਜੋ ਬੰਦਾ ਪਹਿਲਾਂ ਇਨਸਾਨ ਨਹੀਂ ਤਾਂ ਉਹ ਕਿਸੇ ਵੀ ਖੇਤਰ ਦੇ ਵਿੱਚ ਭਾਵੇਂ ਹੋਵੇ, ਭਾਵੇਂ ਉਸਦਾ ਜਿੰਨਾ ਵੀ ਨਾਂ ਹੋਵੇ, ਜੇ ਉਹ ਵਧੀਆ ਇਨਸਾਨ ਨਹੀਂ ਤਾਂ ਉਸਦੀਆਂ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਕੋਈ ਮਾਅਨੇ ਨਹੀਂ ਰੱਖਦੀਆਂ। ਸੋ ਦੋਸਤੋ ਜਿਹੜਾ ਸਾਡਾ ਭਗਤੀ ਸਾਹਿਤ ਹੈ ਗੁਰੂ ਨਾਨਕ ਸਾਹਿਬ ਦੇ ਕਾਲ ਦੇ ਵਿੱਚ, ਭਾਵੇਂ ਉਹ ਬਾਬਾ ਫਰੀਦ ਜੀ ਨੇ ਭਾਵੇਂ ਕਬੀਰ ਜੀ ਨੇ, ਇਹ ਜਿਹੜੇ ਸਾਡੇ ਕਲਾਸੀਕਲ ਜਿਹੜਾ ਸਾਡਾ ਲਿਟਰੇਚਰ ਹੈ, ਜਿਹੜਾ ਸਾਡਾ ਭਗਤੀ ਲਿਟਰੇਚਰ ਹੈ ਜਾਂ ਜਿਹੜੀ ਸਾਡੀ ਗੁਰਬਾਣੀ ਹੈ, ਤੋਂ ਇਹਨੂੰ ਜਾਣਨਾ ਅਤੇ ਸਮਝਣਾ ਵੀ ਬਹੁਤ ਜ਼ਰੂਰੀ ਹੈ। ਸੋ ਇਸ ਤਰ੍ਹਾਂ ਦੋਸਤੋ ਪਿਛਲੇ ਦਿਨੀ ਸਾਕਾ ਨਨਕਾਣਾ ਸਾਹਿਬ ਦੀ 100ਵੀਂ ਵਰੇਗੰਢ ਹੈ ਜਿਹੜੀ ਉਹ ਮਨਾਈ ਗਈ, ਅਤੇ ਉਸ ਵਕਤ ਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਜਾਂ ਉਸ ਵਕਤ ਅਸੀਂ ਦੇਖਦੇ ਹਾਂ ਤਾਂ ਅਸੀਂ ਇਹ ਜਾਣਦੇ ਹਾਂ ਕਿ ਕਿਵੇਂ ਜਿਹੜਾ ਮਨੁੱਖ ਆ ਉਹ ਬੇਨਿਜ਼ਮੀਆਂ ਦੇ ਖਿਲਾਫ ਡਟ ਜਾਂਦਾ ਸੀ, ਅਤੇ ਡਟ ਜਾਂਦਾ ਸੀ, ਉਹਦਾ ਵਿਰੋਧ ਕਰਦਾ ਸੀ ਭਾਵੇਂ ਉਸ ਨੂੰ ਜਾਨ ਵੀ ਦੇਣੀ ਪਵੇ। ਲੇਕਿਨ ਸਾਡੇ ਸਮਿਆਂ ਦੇ ਵਿੱਚ ਇਸ ਤੋਂ ਉਲਟ ਹੋ ਗਿਆ। ਸਾਡੇ ਸਮਿਆਂ ਦੇ ਵਿੱਚ ਬੇਨਿਜ਼ਮੀਆਂ ਹੁੰਦੀਆਂ ਨੇ, ਬੜਾ ਕੁਛ ਹੁੰਦਾ, ਜ਼ੁਲਮ ਹੁੰਦਾ, ਅਤੇ ਅਸੀਂ ਕੀ ਕਰਦੇ ਹਾਂ, ਅਸੀਂ ਜਾਂ ਤਾਂ ਚੁੱਪ ਧਾਰ ਲੈਂਦੇ ਹਾਂ ਵੀ ਅਸੀਂ ਕੀ ਲੈਣਾ, ਕਾਹਨੂੰ ਐਵੇਂ ਪੰਗੇ 'ਚ ਪੈਣਾ, ਸਾਨੂੰ ਕੋਈ ਸਮੱਸਿਆ ਆ ਜੂ, ਸਾਡੇ ਪਰਿਵਾਰ ਨੂੰ ਕੋਈ ਸਮੱਸਿਆ ਆ ਜੂ, ਤਾਂ ਜਾਂ ਅਸੀਂ ਜਿਹੜਾ ਹੈਗਾ ਉਹ ਅੱਖਾਂ ਮੀਟ ਲੈਂਦੇ ਹਾਂ। ਇਹ ਨਹੀਂ ਕਿ ਬੇਨਿਜ਼ਮੀਆਂ ਹੁਣ ਨਹੀਂ ਹੁੰਦੀਆਂ, ਇਹ ਨਹੀਂ ਕਿ ਅਸੂਲਾਂ ਨੂੰ ਹੁਣ ਨਹੀਂ ਛਿੱਕੇ 'ਤੇ ਟੰਗਿਆ ਜਾਂਦਾ, ਲੇਕਿਨ ਜਿਹੜਾ ਸਾਡੀ ਮਾਨਸਿਕਤਾ ਹੈ ਉਹ ਸਮਝੌਤਾ ਪ੍ਰਸਤ ਹੋ ਗਈ ਹੈ ਕਿ ਨਹੀਂ ਜੀ ਅਸੀਂ ਕੀ ਲੈਣਾ। ਸੋ ਦੋਸਤੋ ਸਾਨੂੰ ਇਹਨਾਂ ਚੀਜ਼ਾਂ ਦੇ ਖਿਲਾਫ਼ ਆਵਾਜ਼ ਉਠਾਉਣ ਦੀ ਲੋੜ ਹੈ, ਜ਼ੁਲਮ ਦੇ ਖਿਲਾਫ਼ ਲੜਨ ਦੀ ਲੋੜ ਹੈ। ਚੁੱਪ ਰਹਿਣਾ ਓਨਾ ਹੀ ਘਾਤਕ ਹੋ ਸਕਦਾ ਹੈ ਜਿੰਨਾ ਜ਼ੁਲਮ ਸਹਿਣਾ, ਜਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ 'ਤੇ ਸਾਨੂੰ ਦੁਬਾਰਾ ਗੌਰ ਕਰਨੀ ਪਵੇਗੀ। ਤੋ ਪ੍ਰੋਗਰਾਮ ਨੂੰ ਜ਼ਿਆਦਾ ਲੰਬੇ ਨਾ ਕਰਦਿਆਂ ਹੋਇਆਂ ਅਤੇ ਮੈਂ ਤੁਹਾਨੂੰ ਆਪਣੀ ਇੱਕ ਮਨਪਸੰਦ ਕਿਤਾਬ ਹੈ ਜਿਹੜੀ ਉਹ ਦਿਖਾਉਣੀ ਚਾਹਾਂਗਾ। ਸੋ ਕਿਤਾਬਾਂ ਦੋਸਤੋ ਬੜੀਆਂ ਛਪਦੀਆਂ ਨੇ, ਸਾਡੀ ਭਾਸ਼ਾ ਦੇ ਵਿੱਚ ਵੀ ਬੜੀਆਂ ਛਪਦੀਆਂ ਨੇ। ਸੋ ਮੇਰੀ ਤਮੰਨਾ ਹੁੰਦੀ ਹੈ ਕਿ ਪੰਜਾਬੀ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕਿਤਾਬ ਲਿਖੀ ਜਾਵੇ, ਸੋ ਜਿਸ ਤਰ੍ਹਾਂ ਅਸੀਂ ਦੂਸਰੀਆਂ ਭਾਸ਼ਾਵਾਂ ਦੀਆਂ ਕਿਤਾਬਾਂ ਪੜ੍ਹਦੇ ਹਾਂ, ਤੋ ਉਹ ਕਿਤਾਬ ਨੂੰ ਦੁਨੀਆਂ ਦੀਆਂ ਜਿਹੜੀਆਂ ਬਾਕੀ ਕੌਮਾਂ ਨੇ ਉਹ ਪੜ੍ਹਨ। ਅਤੇ ਪੰਜਾਬੀ ਦੇ ਵਿੱਚ ਇੱਕ ਕਿਤਾਬ ਛਪੀ ਸੀ ਰਸ਼ੀਅਨ ਭਾਸ਼ਾ ਤੋਂ ਅਨੁਵਾਦ ਹੋ ਕੇ, ਸੋ ਉਸਦਾ ਨਾਂ ਸੀ ਮੇਰਾ ਦਾਗਿਸਤਾਨ। ਸੋ ਇਹ ਕਿਤਾਬ ਹੈ, ਸੋ ਇਹ ਕਿਤਾਬ ਹਮੇਸ਼ਾ ਮੇਰੇ ਨਾਲ ਰਹਿੰਦੀ ਹੈ। ਤੋ ਇਹ ਕਿਤਾਬ ਇੰਨੀ ਖੂਬਸੂਰਤ ਹੈ ਕਿ ਦੁਨੀਆਂ ਦੀਆਂ ਤਕਰੀਬਨ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਛਪੀ। ਤੋ ਇਸ ਦੀ ਜਿਹੜੀ ਭਾਸ਼ਾ, ਇਸ ਦੀ ਜਿਹੜੀ ਸ਼ੈਲੀ ਇੰਨੀ ਕਮਾਲ ਦੀ ਹੈ ਕਿ ਤੁਸੀਂ ਇੱਕ ਵਾਰ ਪੜ੍ਹਨ ਲੱਗ ਜਾਓ ਅਤੇ ਤੁਸੀਂ ਇਸ ਨੂੰ ਛੱਡ ਨਹੀਂ ਸਕਦੇ। ਸੋ ਦੋਸਤੋ ਮੈਂ ਜਿੱਥੇ ਤੁਹਾਨੂੰ ਇਹ ਬੇਨਤੀ ਕਰੂੰਗਾ ਕਿ ਤੁਹਾਡੇ ਘਰਾਂ ਦੇ ਵਿੱਚ ਬੜਾ ਕੁਛ ਹੈ, ਬੜੇ ਮਹਿੰਗੇ ਫਰਨੀਚਰ ਨੇ, ਬੜੇ ਸੋਹਣੇ ਬੈੱਡ ਨੇ, ਬੜੇ ਸੋਹਣੇ ਟੈਲੀਵਿਜ਼ਨ ਨੇ, ਤੁਸੀਂ ਬੜੇ ਸੋਹਣੇ ਘਰ ਲਏ ਹੋਏ ਨੇ, ਅਤੇ ਉਹਨਾਂ ਦੇ ਘਰਾਂ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਅਸੀਂ ਦੇਖਦੇ ਹਾਂ ਕਿ ਬਾਰਾਂ ਬਣੀਆਂ ਹੋਈਆਂ ਨੇ, ਸ਼ਰਾਬ ਬੜੀ ਰੱਖੀ ਹੋਈ ਹੈ, ਲੇਕਿਨ ਕਿਤਾਬ ਨਹੀਂ ਹੈ। ਸੋ ਆਪਣੇ ਘਰਾਂ ਦੇ ਵਿੱਚ ਦੋਸਤੋ ਇੱਕ ਸ਼ੈਲਫ ਜ਼ਰੂਰ ਬਣਾਓ,
ਜਿੱਥੇ ਤੁਸੀਂ ਕਿਤਾਬਾਂ ਰੱਖ ਸਕੋ, ਕਿਉਂਕਿ ਤੁਹਾਡੇ ਬੱਚਿਆਂ ਨੇ ਉਹੀ ਕੁਝ ਸਿੱਖਣਾ ਹੈ ਜੋ ਉਹੀ ਤੁਹਾਨੂੰ ਫੋਲੋ ਕਰਨਾ ਹੈ ਜੋ ਤੁਸੀਂ ਕਰਦੇ ਹੋ। ਤੋ ਜੇ ਤੁਹਾਡੇ ਘਰ ਦੇ ਵਿੱਚ ਇੱਕ ਬੁੱਕ ਸ਼ੈਲਫ ਨਹੀਂ ਹੈ ਤਾਂ ਆਪਣੇ ਘਰ ਦੇ ਵਿੱਚ ਇੱਕ ਬੁੱਕ ਸ਼ੈਲਫ ਜ਼ਰੂਰ ਕ੍ਰੀਏਟ ਕਰੋ। ਸੋ ਜਿਸ ਦੇ ਵਿੱਚ ਚੰਗੀਆਂ ਕਿਤਾਬਾਂ ਨੇ ਜਿਹੜੀਆਂ ਉਹ ਕਲੈਕਟ ਕਰਕੇ ਚੰਗੀਆਂ ਕਿਤਾਬਾਂ ਇਕੱਠੀਆਂ ਕਰਕੇ ਰੱਖੋ। ਤੋ ਉਹਨਾਂ ਕਿਤਾਬਾਂ ਦੇ ਵਿੱਚ ਇਹ ਜਿਹੜੀ ਕਿਤਾਬ ਹੈ ਮੇਰਾ ਦਾਗਿਸਤਾਨ ਉਹ ਵੀ ਹੋਣੀ ਚਾਹੀਦੀ ਹੈ। ਸੋ ਆਪਾਂ ਹਰੇਕ ਪ੍ਰੋਗਰਾਮ ਦੇ ਵਿੱਚ ਕਿਸੇ ਇੱਕ ਕਿਤਾਬ ਦੀ ਜਾਣਕਾਰੀ ਦਿੰਦੇ ਹਾਂ ਤਾਂ ਇੱਕ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮੈਗਜ਼ੀਨ ਨੇ ਜਿਹੜੇ ਪੰਜਾਬੀ ਦੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਲੇਖਕਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਸੋ ਉਮੀਦ ਕਰਦਾ ਹਾਂ ਦੋਸਤੋ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਕੋਈ ਵੀ ਆਪਣੀ ਰਚਨਾ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਿਹੜੀ ਸ਼ਾਇਰੀ ਹੈ ਤੁਸੀਂ ਚਾਹੁੰਦੇ ਹੋ ਕਿ ਉਹ ਸ਼ਾਮਿਲ ਹੋਵੇ, ਤੁਹਾਡੀ ਕੋਈ ਕਿਤਾਬ ਸ਼ਾਮਿਲ ਹੋਵੇ, ਤੁਹਾਡੀਆਂ ਸਰਗਰਮੀਆਂ ਬਾਰੇ ਕੋਈ ਗੱਲਬਾਤ ਹੋਵੇ ਤਾਂ ਤੁਸੀਂ ਮੇਰੇ ਨਾਲ ਜ਼ਰੂਰ ਸੰਪਰਕ ਕਰੋ। ਸੋ ਮੇਰਾ ਜਿਹੜਾ ਈਮੇਲ ਹੈ ਉਹ ਹੈ major.mangat@gmail.com ਅਤੇ ਜਿਹੜਾ ਮੇਰਾ ਫੋਨ ਹੈਗਾ ਉਹ ਹੈਗਾ 0014167272071। 001 ਜਿਹੜਾ ਹੈ ਉਹ ਕੈਨੇਡਾ ਦਾ ਕੋਡ ਹੈ, 416-727-2071। ਸੋ ਇਸ 'ਤੇ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ। ਸੋ ਇੱਥੇ ਹੀ ਦੋਸਤੋ ਫਿਰ ਪ੍ਰੋਗਰਾਮ ਸਮਾਪਤ ਕਰਨ ਦੀ ਆਗਿਆ ਮੰਗਦਾ ਹਾਂ ਤਾਂ ਮੇਜਰ ਮੰਗ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।